सिर्फ कमाल की होया महंगाई का अपनी जमात ने वोट भी नहीं पाया, नहीं पाया। ते जे हुण अगर महंगाई में बद्दी रही तो फिर वो भी जांदा रहेगा, क्योंकि वो कहंदे ने ना कि असीं 1.5 साल हुकूमत भी करनी है, अजे पूरा करना है तेने और। हाँ। ते साडे कोल महंगाई कंट्रोल करन दा फार्मूला भी करनी है। दोबारा इलेक्शन दा फिर ना भी सोचना छड दे, वो वोट नहीं देंगे। लेकिन भाई साहब ए हुण इतिहाद ते वे एक मिनट पीपल पार्टी दे दौर च होई सी ना महंगाई, बिजली भी होई सी, दोबारा अज तक जीती नहीं। वो पंजाब सिंध ही लेके बैठे, सिंध च वो फिर उहनां दा वडेरियां दा घर है, घर सिस्टम इंज दा उत्ते आके ओही पंजाब लगा, ओही मैरिज करन लगा। जिवें पंजाब च रहमान साहब नाल ने, एमक्यूएम नाल ए, बाप पार्टी नाल ए, पीपल पार्टी नाल है, मार सिर्फ नून लीग क्यों पई, सारे नाल है। हाँ। लेकिन जो ने दिल मुतमैन होएगा, तुसी वोट ही नहीं पाओगे तो कितों लैणगे, सुदूकड़ी आप दे दे। पीटीआई दे नाल आवाम भी है, लेकिन भावे जो भी करता रहा, आवाम ने वोट उन्हें पाया पाया, सिर्फ क्यों गरीब अगे तो असि पैदल चलते थे, हुण तो जहर खान नूं पैसे नहीं गए, इन्हां नूं वोट देके अगे पता नहीं की करना, वोट नहीं पाए है वजह। कोई धांधली नहीं हुई, नहीं धांधली क्या होनी, कंप्यूटराइज काम होया। जे धांधली होंदी तो इमरान खान पहले हारदा, इनिया सीटा ना लैके जांदा। इहदा मतलब है जो जनरल इलेक्शन हो जाण ते इमरान खान ते इंज करके फ्लाइट पड़े, उत्ते जाएगा ए सारी पंजाब च भी कौमी भी वो लै जाएगा सीटा दोबारा, हुण अज भी करा लैण लेकिन गलतियां और खामियां मार पई, मार पैंदी नून लीग दे वर्कर नूं पता है गलतियां कीतियां, गलतियां कीतियां मरियम नवाज ने बड़ी कोशिश की थी। फुल अपना मिशन लाया, पिछों जेड़े चुकन आले काम ना महल्या चो वोट नहीं कठे कर सके, जिथे इन्हां नूं मार ओ डरदे ही रहने के बाहर निकलांगे महंगाई 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 बंदियां दे विच तो बना उहदा कहना नहीं चाहीदा, तकबर बड़ा इमरान खान ने धीआं भैणां बाहर कट के गर्मी तो बड़ी जान नहीं कटदी, बत्ती नहीं हैगी, हुण ते शेर दी हुकूमत है, हुण ते बत्ती आएगी। केड़ा शेर? शहबाज शरीफ कदी शेर हुंदा सी। हां इमरान खान साहब होरां ने
ਪਿਆਰੇ ਨੂੰ ਗਿੱਦੜ ਕਰ ਦਿੱਤਾ। ਓਹੋ, ਗਿੱਦੜਾ ਤਾਂ ਵੀ ਭੈੜੀ ਵਿਚਾਰੇ ਦੀ ਹੋ ਗਈ ਹੈ। ਸ਼ਬਾਸ਼ ਸ਼ਰੀਫ ਦੀ, ਸ਼ਬਾਸ਼ ਸ਼ਰੀਫ ਦੀ ਗੱਲ ਪਤਾ ਕੀ ਹੈ? ਹਾਂ, ਵਿਚਾਰਾ ਇਕੱਲਾ ਥੋੜੀ ਹੈਗਾ। ਨਹੀਂ, ਨਾਲ ਸਾਰੀ ਪਾਰਟੀ ਹੈ ਨਾ? ਪਾਰਟੀਆਂ, ਕਿੰਨੀਆਂ ਪਾਰਟੀਆਂ ਨਾਲ? ਕਿੰਨੀਆਂ ਹੀ ਪਾਰਟੀਆਂ ਨਾਲ। ਹਾਂ, ਇਹ ਹੁਣ ਵੀ ਜੋ ਕੁਛ ਹੋਇਆ ਨਾ, ਹਾਂ, ਤੁਸੀਂ ਸਮਝਦੇ ਹੋ ਕਿ ਧਾਂਦਲੀ ਨਹੀਂ ਹੋਈ? ਨੂਨ ਲੀਗ ਕਹਿੰਦੀ ਹੈ ਤਾਂ ਨਹੀਂ ਹੋਈ? ਨੂਨ ਲੀਗ ਕਹਿੰਦੀ ਹੈ ਕਿ ਨਹੀਂ ਹੋਈ? ਹਾਂ, ਇਹ ਜਿਤਾਇਆ ਇਮਰਾਨ ਖਾਨ ਨੇ। ਕਿੰਨੇ? ਜਿਸ ਤਰ੍ਹਾਂ ਦੇ ਪਏ। ਅੱਛਾ, ਹੁਣ ਤੁਸੀਂ ਇਹ ਵੀ ਦੇਖ ਲੈਣਾ ਕਿ ਤਰਲੇ ਕਿਉਂ ਲੈ ਰਹੇ ਆ? ਚਲੋ, ਤੁਸੀਂ ਵੀ ਇੱਥੇ ਦੇ, ਅਸੀਂ ਵੀ ਇੱਥੇ। ਅਸਲ 'ਚ ਆਵਾਮ ਹੈ ਨਾ, ਖੁਦ ਸਿਆਸਤਦਾਨ ਹੋ ਗਈ ਹੋਈ ਹੈ, ਸਾਰਾ ਕੁਛ ਨਜ਼ਰ ਆਉਂਦਾ ਆਵਾਮ ਨੂੰ। ਬਹੁਤ ਸਿਆਣੇ ਹੋ ਗਏ ਲੋਕ, ਬਹੁਤ ਸਿਆਣੇ। ਹਕੂਮਤ ਕਿਉਂ ਦਿੱਤੀ ਉਹਨੇ ਉਹਨੂੰ? ਹਾਂ, ਉੱਥੇ ਲੈਣਾ ਹੀ ਨਹੀਂ ਸੀ ਜਾਂਦਾ। ਓਕੇ, ਉਹਨੇ ਸੀ ਲੈਣਾ ਚਾਹੁੰਦਾ। ਅਗਰ ਅੱਜ ਹਕੂਮਤ ਨਾ ਲੈਂਦਾ ਤਾਂ ਉਹ ਅੰਦਰ ਹੁੰਦਾ? ਕੇਸ ਬਣੇ ਸਨ ਸਾਰੇ, ਠੀਕ ਹੈ, ਕੇਸ ਬਣੇ ਸੀ, ਉਹਨੇ ਲੈਣੀ ਪੈਂਦੀ ਸੀ ਹਕੂਮਤ। ਠੀਕ ਹੈ, ਠੀਕ ਹੈ। ਤੁਸੀਂ ਇੱਕ ਦੇਖੋ ਕਿ ਇਮਰਾਨ ਖਾਨ ਇੰਨਾ ਕੁ ਗੰਦਾ ਹੋ ਚੁੱਕਿਆ ਹੋਇਆ ਸੀ, ਇੰਨਾ ਕੁ ਗੰਦਾ, ਮੇਰੇ ਹਿਸਾਬ ਨਾਲ ਅਗਰ 5 ਸਾਲ ਖੜਾ ਦਿੰਦੇ ਉਹਨੂੰ, ਤੇ ਫਿਰ ਤੇ ਸਵੀਪ ਸੀ ਨਾ ਨੂਨ ਲੀਗ ਦਾ, ਫਿਰ ਤੇ ਨੂਨ ਲੀਗ ਨੇ ਸਵੀਪ ਕਰ ਜਾਣਾ, ਫਿਰ ਤੇ ਕਤਲ ਹੀ ਨਹੀਂ ਸੀ ਆ ਸਕਦਾ। ਨਹੀਂ ਸੀ ਆ ਸਕਦਾ, ਮੁਤਫਿਕ ਹਾਂ ਮੈਂ, ਬਿਲਕੁਲ ਮੁਤਫਿਕ ਹਾਂ, ਨਹੀਂ ਸੀ ਆ ਸਕਦਾ। ਇਹ ਮਹਿੰਗਾਈ 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 ਇਹੀ ਨਾਰਾ ਇਮਰਾਨ ਖਾਨ ਨੇ ਲਾਇਆ, ਇਹੀ ਸ਼ਬਾਸ਼ ਸ਼ਰੀਫ ਲਾਉਂਦਾ, ਇਹੀ ਸ਼ਬਾਸ਼ ਸ਼ਰੀਫ। ਹੁਣ ਇਹ ਇਹਨਾਂ ਨੂੰ ਪਤਾ ਕਿ ਵਿਛਲੀਆਂ ਗੱਲਾਂ ਕਿਹੜੀਆਂ ਨੇ। ਹਾਂ, ਲੇਕਿਨ ਬਜ਼ਾਹਰ ਖੁਦ ਇਹ ਨਜ਼ਰ ਆ ਰਿਹਾ ਕਿ ਨਾ ਇਮਰਾਨ ਖਾਨ ਤੇ ਨਾ ਨਵਾਜ਼ ਸ਼ਰੀਫ, ਇਹਨਾਂ ਦੋਵਾਂ ਚੋਂ ਅੱਗੇ ਕੋਈ ਨਹੀਂ ਆਏਗਾ। ਸ਼ਬਾਸ਼ ਸ਼ਰੀਫ ਨਾ ਇਮਰਾਨ ਖਾਨ, ਕੋਈ ਤੀਸਰੀ ਪਾਰਟੀ ਆ ਸਕਦੀ? ਬਿਲਾਵਲ ਹੋ ਸਕਦਾ, ਇਹਦੇ ਚ ਕੋਈ ਸ਼ੱਕ ਨਹੀਂ। ਉਹ ਤੇ ਹੁਣੇ ਹੀ ਕਹਿੰਦੇ ਨੇ ਕਿ ਅਗਲਾ ਵਜ਼ੀਰ ਹੈ ਤਾਂ ਬਿਲਾਵਲ, ਤੇ ਬਸ ਫਿਰ ਉਹਨੇ ਹੀ ਆਣਾ ਜੀ। ਇਹ ਸਾਰੀ ਅੰਦਰ ਦੀਆਂ ਖੇਡਾਂ, ਇਹ ਕਹਾਣੀ ਖਤਮ ਹੋ ਗਈ ਇਹਨਾਂ ਦੀ, ਇਹ ਕਹਾਣੀ ਖਤਮ ਹੈ ਇਹਨਾਂ ਦੀ। ਇਹ ਰਾਇਵਿੰਡ ਤੇ ਮਾਡਲ ਟਾਊਨ ਸ਼ਿਫਟ ਹੋ ਜਾਣਗੇ ਰਿਟਾਇਰ, ਮਾਡਲ ਟਾਊਨ ਦੇ ਪੰਜਾਬ ਹੀ ਨਹੀਂ ਰਿਹਾ ਉਹਦੇ ਕੋਲ ਹੁਣ ਤੇ। ਹਾਂ, ਇਹ ਵੋਟਰ ਨਿਕਲ ਗਿਆ ਪੰਜਾਬ ਦਾ, ਬਿਲਕੁਲ। ਉਹ ਚੌਧਰੀ ਸ਼ੁਦਾਰ ਨਾਲ ਮਿਲ ਕੇ ਗਿਆ ਬਿਲਾਵਲ ਭੱਟੋ, ਜ਼ਰਦਾਰੀ ਸਾਹਿਬ, ਜ਼ਰਦਾਰੀ ਸਾਹਿਬ ਮਿਲ ਕੇ। ਹਾਂ, ਇਹ ਤਾਂ ਇਹੋ ਹੀ ਮਤਲਬ ਹੈ ਕਿ ਆਉਣ ਵਾਲੀ ਸਟਰਲ ਦੀ ਹਕੂਮਤ ਪੀਪਲ ਪਾਰਟੀ, ਬਾਕੀ ਸਭ ਫਾਰਗ ਨੇ, ਸਭ ਫਾਰਗ। ਜਿਵੇਂ ਕਹਿੰਦੇ ਸੀ ਕਿ ਨੂਨ ਲੀਗ ਦਾ ਗੜ੍ਹ ਹੈ ਲਾਹੌਰ ਤੇ ਪੰਜਾਬ, ਨਵਾਜ਼ ਸ਼ਰੀਫ ਨੂੰ ਇੱਕ ਵਜ਼ੀਰੇ ਆਜ਼ਮ ਬਣਾਉਣਾ, ਵਜ਼ੀਰੇ ਆਜ਼ਮ ਬਣਾਉਣਾ ਇੱਕ ਚਾਲ ਸੀ ਸ਼ਿਵਾਜ ਸ਼ਰੀਫ ਨੂੰ, ਜ਼ਰਦਾਰੀ ਦੀ, ਕਿਸੇ ਦੀ ਚਾਲ ਸਮਝ ਲਓ, ਕਿਸੇ ਦੀ ਸਮਝ ਲਓ। ਹਾਂ, ਲੇਕਿਨ ਉਹ ਤਾਂ ਮੈਂ ਤਾਂ ਨਹੀਂ ਬਣਾਇਆ ਨਾਲ, ਤੁਸੀਂ ਬਣਾਇਆ। ਸਰ, ਅਸੀਂ ਤਾਂ ਚਾਹੁੰਦੇ ਨਹੀਂ ਸਾਂ ਕਿ ਆਵੇ ਆ, ਨਹੀਂ ਚਾਹੁੰਦੇ, ਅਸੀਂ ਤਾਂ ਚਾਹੁੰਦੇ। ਉਹ ਤਾਂ ਵੱਡੇ ਮੀਆਂ ਸਾਹਿਬ ਕੱਢੇ, ਉਹ ਤਾਂ ਵੱਡੇ ਮੀਆਂ ਸਾਹਿਬ ਵੀ ਕਹਿ ਰਹੇ ਨੇ ਕਿ ਮੈਂ ਨਹੀਂ ਚਾਹੁੰਦਾ। ਚਾਹ ਹੋਣਾ ਵੀ ਹੈ ਚਾਹੀਦਾ, ਤੁਹਾਡੀ ਸਮਝ ਆਉਂਦੀ ਹੈ ਕਿ 1.5 ਸਾਲ ਇਲੈਕਸ਼ਨ 'ਚ ਰਹਿ ਗਿਆ, ਇੰਨਾ ਗੰਦਾ ਹੋ ਗਿਆ। ਹਾਂ, ਤੇ ਤਾਂ ਮਿਤਲਾਂ ਉਹਨੂੰ ਗੱਲ ਹੈਗੀ ਹੈ ਕਿ ਅਦਮੇ ਇਤਮਾਦ ਤੇ ਉਦੋਂ ਦੀ ਪੇਸ਼ ਕੀਤੀ ਨਹੀਂ ਇਹਨਾਂ ਨੇ, ਹੁਣ ਕਿਉਂ ਕੀਤੀ ਹੈ? ਠੀਕ ਗੱਲ ਹੈ ਤੁਹਾਡੀ। ਉਹ ਕਹਿੰਦੇ ਨੇ ਸਰਦਾਰੀ ਸਾਹਿਬ ਨੇ ਵੋਟ ਹੁਣ ਇਕੱਠੇ ਕੀਤੇ ਸਰ, ਸਰਦਾਰੀ ਜਦੋਂ ਚਾਵੇ ਵੋਟ ਇਕੱਠੇ ਕਰ ਸਕਦਾ। ਅੱਛਾ ਜੀ, ਸਰਦਾਰੀ ਅੱਜ ਚਾਵੇ ਪੰਜਾਬ ਦੀ ਹਕੂਮਤ ਬਣਾ ਸਕਦਾ ਤੇ ਹੁਣ ਲੱਗਾ ਤੇ ਹੈ ਬਣਾਉਣ ਨੂੰ, ਨਹੀਂ ਬਣਾ ਸਕਦਾ ਉਹ, ਕਹਿੰਦਾ ਪਿਆ ਕਿ ਤੁਸੀਂ ਇਹਦੇ ਨਾਲ ਨਹੀਂ ਆਣਾ। ਹਾਂਜੀ, ਉਹ ਟੀਵੀ ਤੇ ਕਹਿੰਦਾ ਕਿ ਮੈਂ ਸੁਜਾਤ ਸਾਹਿਬ ਦਾ ਤਰਲਾ ਲਿਆ ਕਿ ਕੁਝ ਗੇਮ ਵੀ ਤੇ ਖੇਡਣੀ ਨਾ, ਕਾਰ ਵੀ ਸਿਰਫ ਸਰ। ਹਾਂਜੀ, ਇੱਕ ਮੈਂ ਦੁਕਾਨਦਾ ਹੈਗਾ ਵਾਂ, ਮਾਲਕ, ਮੈਂ ਇੱਕ ਮੁਲਾਜ਼ਮ ਨੂੰ ਕੱਢਣਾ ਚਾਹੁੰਦਾ, ਥੋੜੀ ਕਵਾਂਗਾ ਕਿ ਇਹਨੂੰ ਕੱਢ ਦਵਾਂ ਮੈਂ ਸ਼ੋਅ ਕਰਾ ਕੇ।